ਸਾਡਾ ਘਪਲਾ ਜਿਹੜਾ ਇਸ ਬ੍ਰਾਂਚ ਦੇ ਵਿੱਚ ਹੈ ਉਹ ਕੱਢ ਕੇ ਦੇਵਾਂਗਾ। ਭੱਲੇ ਦਾ ਘਪਲਾ ਹੀ ਕੁਛ ਨਹੀਂ ਹੈਗਾ ਇਹਦੇ ਸਾਹਮਣੇ। ਸਿੱਧੂ ਸਾਹਿਬ ਅੱਜ ਤੋਂ ਮੇਰੇ ਖਿਆਲ 15 ਕੁ ਦਿਨ ਪਹਿਲਾਂ ਵੱਲੇ ਗਏ ਸੀ, ਉੱਥੇ 2 ਕਰੋੜ ਰੁਪਏ ਦੀ ਗ੍ਰਾਂਟ ਅਨਾਊਂਸ ਕਰਕੇ ਆਏ ਨੇ ਔਰ ਉਹਦੇ ਵਿੱਚ ਸਾਰਿਆਂ ਦੇ ਸਾਹਮਣੇ ਪ੍ਰੈਸ ਦੀ ਹਾਜ਼ਰੀ 'ਚ ਉਹਨਾਂ ਇਹ ਗੱਲ ਕਹੀ ਸੀ ਕਿ 2 ਕਰੋੜ 'ਚੋਂ 30-40 ਲੱਖ ਰੁਪਈਆ ਹੀ ਲੱਗਦਾ ਰਿਹਾ, ਬਾਕੀ ਸਾਰੇ ਲੀਡਰ ਔਰ ਜਿਹੜੇ ਅਫਸਰ ਨੇ ਉਹ ਖਾ ਜਾਂਦੇ ਰਹੇ ਨੇ। ਉਹਦੇ 'ਚ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਜਿਹੜੇ ਮੈਸੇਜ ਮਾਣਯੋਗ ਸਾਡੇ ਉਹ ਰਹੇ ਨੇ ਸੰਸਦੀ ਸਕੱਤਰ, ਉਹ ਵੀ ਤਾਂ ਇਹੋ ਕੰਮ ਕਰਦੇ ਰਹੇ ਨੇ ਕਿ ਆਪਣੀ ਜਿਹੜੀ ਇਮਾਨਦਾਰੀ ਹੈ, ਅਖੌਤੀ ਤੁਸੀਂ ਇਮਾਨਦਾਰ ਹੋ, ਤਥਾਕਥਿਤ ਤੁਸੀਂ ਇਮਾਨਦਾਰ ਹੋ, ਸੋ ਕਾਲਡ ਇਮਾਨਦਾਰ ਹੋ, ਕੀ ਆਪਣੀ ਜੇ ਤੁਸੀਂ ਇਮਾਨਦਾਰੀ ਵਿਖਾਉਂਦੇ ਹੋ ਤਾਂ ਆਪਣੀ ਵਾਈਫ ਦੀ ਇਸ ਘਪਲੇ ਦੀ ਜਾਂਚ ਕਰੋਗੇ। ਔਰ ਉਹਦੇ ਵਿੱਚ ਕੀਤਾ ਕੀ ਗਿਆ ਕਿ ਮੜੀਆਂ ਨੂੰ, ਸ਼ਮਸ਼ਾਨ ਘਾਟ ਨੂੰ 1,27,84,000 ਰੁਪਈਏ ਦੀ ਗ੍ਰਾਂਟ ਅਨਾਊਂਸ ਕੀਤੀ ਗਈ ਔਰ ਗ੍ਰਾਂਟ ਦੇ ਬਿੱਲ ਪਾਸ ਹੋ ਗਏ, ਪੈਸੇ ਕੈਸ਼ ਹੋ ਗਏ, ਉਹਨੂੰ ਕੰਪਲੀਸ਼ਨ ਦੇ ਦਿੱਤੀ ਗਈ ਔਰ ਪੈਸਾ ਉੱਥੇ ਲੱਗਾ ਹੀ ਕੋਈ ਨਹੀਂ। ਇਹੋ ਜਿਹੇ ਕੰਮ ਜਿਹੜੇ ਉਹ ਇੱਕ ਘਪਲਾ ਨਹੀਂ ਹੈਗਾ, ਬਹੁਤ ਜ਼ਿਆਦਾ ਘਪਲੇ ਨੇ। ਔਰ ਮਨਜੋਤ ਸਿੰਘ ਸਿੱਧੂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਮੇਰੇ ਨਾਲ ਗੱਲ ਕਰਨੀ ਆ ਅਤੇ ਤੱਥਾਂ ਦੇ ਆਧਾਰ 'ਤੇ ਕਰੀ। ਇਹ ਕੋਈ ਬਿਕਰਮ ਮਜੀਠੀਆ ਨਹੀਂ ਅਗਲੇ ਪਾਸੇ ਹੈਗਾ ਵੀ ਇੱਕ ਗਾਲ ਕੱਢੇਗਾ ਅਤੇ ਮੂੰਹ 'ਚੋਂ ਥੁੱਕ ਸੁੱਟਣ ਲੱਗ ਪਊਂਗਾ, 1 ਦੀਆਂ 6 ਆਉਣਗੀਆਂ ਤੈਨੂੰ। ਗੱਲ ਕਰਨੀ ਹੈ ਅਤੇ ਪੇਪਰ ਦੇ ਆਧਾਰ 'ਤੇ, ਤੱਥਾਂ ਦੇ ਆਧਾਰ 'ਤੇ ਕਰ ਔਰ ਤੇਰੀ ਤੁਲਨਾ, ਤੂੰ ਬੜੇ ਨਾਂ ਦਿੰਦਾ ਨਾ, ਰਾਹੁਲ ਗਾਂਧੀ ਪੱਪੂ ਹੈ, ਸੋਨੀਆ ਮੁੰਨੀ ਹੈ, ਤੈਨੂੰ ਮੈਂ ਨਾਂ ਦਿੰਦਾ, ਤੂੰ ਰਾਜਦੂਤ ਮੋਟਰਸਾਈਕਲ ਹੈ। ਪੁਰਾਣੇ ਦੋਧੀਆਂ ਕੋਲ ਹੁੰਦੇ ਸੀਗੇ, ਰੌਲਾ ਬਹੁਤ ਜ਼ਿਆਦਾ ਅਤੇ ਕੰਮ ਹੈ ਹੀ ਕੱਖ ਨਹੀਂ, ਸਪੀਡ ਹੁੰਦੀ ਨਹੀਂ ਸੀ ਕਿਸੇ ਕੰਮ ਦੀ, ਕਦੀ ਮੈਂ ਸਮੈਕ 'ਚ ਫੜ ਲੈਣਾ, ਕਦੀ ਮੈਂ ਆਹ ਕਰ ਲੈਣਾ। ਇਹ ਜਿਹੜੇ ਕੰਮ ਕਰਕੇ ਵਿਖਾ ਪੰਜਾਬ ਦੀ ਜਨਤਾ ਨੂੰ ਔਰ ਇਹ ਜੇ ਐਡੀ ਤੇਰੀ ਇਮਾਨਦਾਰੀ, ਇਹਦੀ ਜਾਂਚ ਕਰ ਔਰ ਇਹ ਵੱਲਾ ਸਾਡਾ ਹਲਕਾ ਹੈ ਜੀ, ਪੁਰਾਣੀ ਜਿਹੜੀ ਵਾਰਡ ਹੈ 17 ਨੰਬਰ ਵਾਰਡ ਪੈਂਦੀ ਹੈ, ਈਸਟ ਹਲਕੇ ਦੇ ਵਿੱਚ ਇਹ ਪੈਂਦੇ ਆ ਜਿਹੜੀਆਂ ਸ਼ਮਸ਼ਾਨ ਘਾਟ ਨੇ ਔਰ ਮੈਡਮ ਨਵਜੋਤ ਕੌਰ ਸਿੱਧੂ ਉਹਦੇ MLA ਸੀ, ਉਹਨਾਂ ਦੇ ਕਹੇ 'ਤੇ ਹੀ ਇਹ ਗ੍ਰਾਂਟ ਅਨਾਊਂਸ ਹੋਈ, ਉਹਨਾਂ ਦੇ ਕਹੇ ਦੇ ਉੱਤੇ ਹੀ ਇਹ ਬਿੱਲ ਪਾਸ ਹੋਏ ਔਰ ਇਹ ਜਿਹੜੇ ਪੈਸੇ ਉਹ ਖੁਰਦ ਬੁਰਦ ਹੋਏ ਇਹਨਾਂ ਨੇ ਕੀਤੇ ਨੇ। ਔਰ ਮੈਨੂੰ ਕਹਿਣਾ ਚਾਹੁੰਦਾ ਕਿ ਤੂੰ ਕੋਈ ਇਮਾਨਦਾਰ ਨਹੀਂ ਹੈਗਾ, ਮੇਰੇ ਨਾਲੋਂ ਬਿਹਤਰ ਤੈਨੂੰ ਕੋਈ ਨਹੀਂ ਜਾਣਦਾ, ਮੈਂ ਤੇਰੀ ਰਗ ਰਗ ਤੋਂ ਵਾਕਫ ਹਾਂ। ਇਹਦੀ ਜਾਂਚ ਕਰਾਉਣੀ ਚਾਹੀਦੀ ਹੈ ਔਰ ਬਿਲਕੁਲ ਨਿਰਪੱਖ ਹੋ ਕੇ ਜਾਂਚ ਕਰਾਉਣੀ ਚਾਹੀਦੀ ਹੈ। ਇਹਦੇ ਬਾਰੇ ਮੈਂ DG ਨੂੰ ਐਪਲੀਕੇਸ਼ਨ ਲਿਖੂੰਗਾ, ਕੈਪਟਨ ਅਮਰਿੰਦਰ ਸਿੰਘ ਨੂੰ ਲਿਖੂੰਗਾ ਔਰ ਲੋਕਪਾਲ ਨੂੰ ਮੈਂ ਚਿੱਠੀ ਲਿਖੂੰਗਾ ਕਿ ਇਹਦੀ ਜਾਂਚ ਕਰਨੀ ਚਾਹੀਦੀ ਔਰ ਪਿਛਲੇ 5 ਸਾਲਾਂ ਦੇ ਵਿੱਚ ਇਹ ਸਾਰੇ ਘਪਲੇ ਦੀ ਜਾਂਚ ਹੋਣੀ ਚਾਹੀਦੀ ਆ ਕਿ ਕਿੰਨਾ ਪੈਸਾ ਸਰਕਾਰੀ ਜਿਹੜਾ ਤੇਰੀ ਕੋਠੀ 'ਤੇ ਲੱਗਾ ਔਰ ਉਹਦੇ ਅੰਦਰ ਜਿਹੜਾ ਤੂੰ ਮੰਦਰ ਬਣਾਇਆ, ਮੈਂ ਕਹਿੰਦਾ ਉਹ ਜਨਤਾ ਦੇ ਪੈਸੇ ਦਾ ਬਣਿਆ, ਉਹ ਤਾਂ ਜਨਤਾ ਲਈ ਖੋਲ੍ਹ ਦੇ ਤੂੰ। ਸਰਕਾਰੀ ਪੈਸਾ ਮੈਂ ਸਾਬਤ ਕਰੂੰਗਾ, ਕਰੋੜਾਂ ਰੁਪਈਆਂ ਦੀ ਰਕਮ ਹੈ ਜਿਹੜੀ ਇਹਨਾਂ ਨੇ ਸਰਕਾਰੀ ਖਾਧੀ ਹੋਈ ਔਰ ਕੋਠੀ 'ਤੇ ਲੱਗੀ ਹੋਏਗੀ। ਤੇ ਮੇਰੀ ਇਹੋ ਛੋਟੀ ਜਿਹੀ ਡਿਮਾਂਡ ਹੈ ਜੀ, ਜੇ ਨਵਜੋਤ ਸਿੰਘ ਸਿੱਧੂ ਇਮਾਨਦਾਰ ਨੇ ਤੇ ਇਹਦੇ ਬਾਰੇ ਜਿਹੜੀ ਇਹ ਜਾਂਚ, ਅੱਜ ਮੈਂ ਇਹਦੀ ਵਾਈਫ ਦੇ ਉੱਤੇ ਆ ਜਿਹੜਾ ਘਪਲਾ ਕੱਢਿਆ ਹੈ, ਇਹਦੀ ਇਹ ਜਾਂਚ ਕਰਕੇ ਦੱਸਣ ਸਾਨੂੰ ਵੀ ਵਾਕਿਆ ਇਮਾਨਦਾਰੀ ਹੈ। ਮੈਂ ਮੰਨੂਗਾ ਇਹਨਾਂ ਦੀ ਹੁਣ ਇਮਾਨਦਾਰੀ ਦਾ ਜਿਹੜਾ ਮੈਂ ਪੈਰਾਮੀਟਰ ਚੈੱਕ ਕਰਨਾ ਕਿ ਲੋਕਾਂ ਲਈ ਕੀ ਹੈ ਔਰ ਇਹਨਾਂ ਦੇ ਆਪਣੇ ਪਰਿਵਾਰ ਲਈ ਇਹਨਾਂ ਦੀ ਕੀ ਇਮਾਨਦਾਰੀ ਹੈ, ਇਹ ਤੁਸੀਂ ਵੇਖਣੀ ਚਾਹੁੰਦੇ ਅੰਮ੍ਰਿਤਸਰ ਵਾਲੇ ਤੇ ਨਹੀਂ ਕਰਦੇ ਨੇ, ਤੇ ਫਿਰ ਆਪਣਾ ਜਿਹੜਾ ਲੇਬਲ ਹੈ ਇਮਾਨਦਾਰੀ ਦਾ ਲਾਉਣ, ਖੌਤੀ ਇਮਾਨਦਾਰ ਹੈ, ਮੈਂ ਤੈਨੂੰ ਜਾਣਦਾ ਔਰ ਤੁਸੀਂ ਇਹਦੇ ਨਾਲ ਗੱਲ ਕਰਕੇ ਵੇਖੋ ਗੱਲਾਂ ਕਰੇਗਾ ਤੁਹਾਨੂੰ ਕਿ ਸ਼੍ਰੀ ਕ੍ਰਿਸ਼ਨ ਜੀ ਇੱਧਰ ਚਲ ਗਏ, ਭਗਵਾਨ ਵਾਲਮੀਕਿ ਇੱਧਰ ਚਲ ਗਏ। ਜੇ ਇਹੋ ਜਿਹੀ ਧਾਰਮਿਕ ਸਿੱਖਿਆ ਦੀ ਤੈਨੂੰ ਜ਼ਿਆਦਾ ਹੈ ਤਾਂ ਉਹ ਰਾਮ ਰਹੀਮ ਵਾਲੀ ਗੱਦੀ ਵਿਹਲੀ ਉੱਥੇ ਬਹਿ ਜਾ ਕੇ।